ਤੇ ਹੁਣ ਗੱਲ ਕਰਦੇ ਹਾਂ ਕੈਲਗਰੀ ਦੀ, ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਸਟਰ ਪੰਜਾਬੀ ਅਤੇ ਮਿਸ ਪੰਜਾਬਨ 2018 ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਵਿੱਚ ਕੈਨੇਡਾ ਭਰ ਦੇ ਗੱਭਰੂ ਅਤੇ ਮੁਟਿਆਰਾਂ ਨੇ ਹਿੱਸਾ ਲਿਆ। ਸਤਵਿੰਦਰ ਸਿੰਘ ਲੱਕੀ ਨੇ ਮਿਸਟਰ ਪੰਜਾਬੀ ਦਾ ਖਿਤਾਬ ਆਪਣੇ ਨਾਮ ਕੀਤਾ ਅਤੇ ਉੱਥੇ ਹੀ ਮਿਸ ਪੰਜਾਬਨ ਦਾ ਖਿਤਾਬ ਹਰਿੰਦਰ ਕੌਰ ਕਾਲੋਂ ਦੇ ਸਿਰ ਸਜਿਆ ਅਤੇ ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪੰਜਾਬ ਇੰਟਰਟੇਨਮੈਂਟ ਵੱਲੋਂ ਤੀਸਰਾ ਮਿਸਟਰ ਐਂਡ ਮਿਸ ਪੰਜਾਬੀ 2018 ਨਾਂ ਦਾ ਪ੍ਰੋਗਰਾਮ ਕੈਲਗਰੀ ਵਿੱਚ ਕਰਵਾਇਆ ਗਿਆ। ਇਸ ਯੋਗਤਾ ਮੁਕਾਬਲੇਬਾਜ਼ੀ ਵਾਲੇ ਪ੍ਰੋਗਰਾਮ ਦੌਰਾਨ ਗੱਭਰੂ ਅਤੇ ਮੁਟਿਆਰਾਂ ਨੇ ਆਪੋ ਆਪਣੇ ਪੰਜਾਬੀ ਸੱਭਿਆਚਾਰ ਅਤੇ ਅਦਾਕਾਰੀ ਵਾਲੀ ਯੋਗਤਾ ਆਮ ਲੋਕਾਂ ਅਤੇ ਜੱਜ ਸਾਹਿਬਾਨ ਦੇ ਸਾਹਮਣੇ ਰੱਖਣੀ ਸੀ। ਜਦੋਂ ਅਜਿਹਾ ਮੌਕਾ ਹੋਵੇ ਤਾਂ ਫਿਰ ਭਲਾ ਕਿਸੇ ਨਾਲੋਂ ਘੱਟ ਕੌਣ ਹੁੰਦਾ। ਸਿਆਣੇ ਕਹਿੰਦੇ ਹਨ ਕਿ ਵਿਦਿਅਕ ਯੋਗਤਾ ਤਾਂ ਛੇਤੀ ਪਰਖੀ ਜਾ ਸਕਦੀ ਹੈ ਪਰ ਕਿਸੇ ਦੀਆਂ ਅਦਾਵਾਂ ਅਤੇ ਨਖਰੇ ਨੂੰ ਪਰਖਣਾ ਬਹੁਤ ਮੁਸ਼ਕਲ ਕੰਮ ਹੁੰਦਾ ਹੈ। ਸੋ ਅੱਜ ਜੱਜ ਸਾਹਿਬਾਨ ਦੇ ਰੂਪ ਵਿੱਚ ਪੁੱਜੇ ਹੋਏ ਲੋਕ ਗਾਇਕ ਨਛੱਤਰ ਗਿੱਲ ਅਤੇ ਬਾਕੀ ਟੀਮ ਲਈ ਵੀ ਇਹ ਚੁਣੌਤੀ ਭਰਿਆ ਕੰਮ ਸੀ। ਪੰਜਾਬ ਇੰਟਰਟੇਨਮੈਂਟ ਨੇ ਮੈਨੂੰ ਇੱਥੇ ਬੁਲਾਇਆ ਜੱਜਮੈਂਟ ਲਈ ਔਰ ਬੜਾ ਟਫ ਕੰਪੀਟੀਸ਼ਨ ਹੋ ਗਿਆ ਮੈਨੂੰ ਲੱਗਦਾ। ਉਹਨਾਂ ਦੀ ਗ੍ਰੇਸ ਆਊਟ ਦੀ ਪਰਫਾਰਮ ਔਨ ਦਾ ਸਟੇਜ, ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਾਂਗੇ। ਕਿੱਦਾਂ ਤੁਹਾਡਾ ਕੌਨਫੀਡੈਂਸ ਆ, ਸਟੇਜ ਕਵਰਸ ਕਿੱਦਾਂ ਦੀ, ਕਿੰਨੀ ਕੁ ਨੌਲੇਜ ਹੈ ਅਤੇ ਆਪਣੇ ਕਲਚਰ ਨਾਲ ਸੰਬੰਧਿਤ ਪ੍ਰਸ਼ਨ ਉੱਤਰਾਂ ਦਾ ਕਿਹੋ ਜਿਹਾ ਆਂਸਰ ਦੇਣਗੇ ਇਸ ਤੋਂ ਜਦੋਂ ਉਹ ਪਰਫਾਰਮ ਕਰਨਗੇ ਉਹਨਾਂ ਦਾ ਭੰਗੜਾ? ਅਤੇ ਪੰਜਾਬੀਅਤ ਆ ਜਿਹੜੀ ਸਾਡੇ ਖੂਨ ਦੇ ਵਿੱਚ ਵਸੀ ਹੋਈ ਆ, ਸਾਨੂੰ ਬਹੁਤ ਚੰਗਾ ਲੱਗਦਾ ਜਦੋਂ ਜਿਹੜੇ ਸਾਡੇ ਬੱਚੇ ਆ ਉਹ ਘੱਗਰੇ ਲਹਿੰਗੇ ਕੁੜਤੇ ਪਜਾਮੇ ਚਾਦਰੇ ਪਾ ਕੇ ਸਟੇਜ 'ਤੇ ਆਉਂਦੇ ਆ। ਅਤੇ ਅਸੀਂ ਵੀ ਮਾਣ ਦੇ ਨਾਲ ਕਹਿ ਸਕਦੇ ਹਾਂ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਵੀ ਅਸੀਂ ਆਪਣੇ ਵਿਰਸੇ ਨੂੰ ਨਹੀਂ ਭੁੱਲੇ ਅਤੇ ਅਸੀਂ ਪੰਜਾਬੀਅਤ ਨੂੰ ਜਿੰਦਾ ਰੱਖਿਆ ਹੋਇਆ ਹੈ ਜੀ। ਸਾਡੇ ਪ੍ਰੋਗਰਾਮ ਦਾ ਕਰਵਾਉਣ ਦਾ ਮਕਸਦ ਇਹੀ ਹੈ ਕਿ ਅਸੀਂ ਆਪਣੇ ਪੰਜਾਬੀ ਕਲਚਰ ਨੂੰ ਅੱਗੇ ਵਧਾ ਸਕੀਏ, ਸੋ ਜਿਹੜੇ ਇੱਥੋਂ ਦੇ ਬੱਚੇ ਆ ਉਹਨਾਂ ਨੂੰ ਕਲਚਰ ਨਾਲ ਜੋੜ ਸਕੀਏ। ਸੋ ਇਹ ਸਾਡੀ ਕੋਸ਼ਿਸ਼ ਹਮੇਸ਼ਾ ਹੀ ਕਾਮਯਾਬ ਹੁੰਦੀ ਹੈ। ਸਾਲ ਸਾਡਾ ਤੀਸਰਾ ਸਾਲ ਆ ਅਤੇ ਬਹੁਤ ਹੀ ਵਧੀਆ ਸ਼ੋਅ ਚੱਲ ਰਿਹਾ ਅਤੇ ਫੁੱਲੀ ਸੋਲਡ ਆਊਟ ਆ। ਮੁਕਾਬਲਾ ਭਾਵੇਂ ਜਿੰਨੇ ਮਰਜ਼ੀ ਕਹਿੰਦੇ ਕਹਾਉਂਦਿਆਂ ਦਰਮਿਆਨ ਹੋਵੇ ਪਰ ਆਖਰ ਅੱਗੇ ਤਾਂ ਇੱਕ ਹੀ ਆਉਂਦਾ ਹੈ।
ਮੁਕਾਬਲਿਆਂ ਵਿੱਚ ਹਿੱਸੇਦਾਰੀ ਕਰਕੇ ਹਾਰਨ ਵਾਲਾ ਹਾਰਦਾ ਨਹੀਂ ਸਗੋਂ ਆਪਣੀ ਜ਼ਿੰਦਗੀ ਦੇ ਅਗਲੇ ਮੈਦਾਨਾਂ ਵਿੱਚ ਜੂਝਣ ਲਈ ਹੋਰ ਮਜ਼ਬੂਤ ਹੁੰਦਾ ਹੈ। ਹਰਬੰਸ ਬੁੱਟਰ, ਚੈਨਲ ਪੰਜਾਬੀ ਨਿਊਜ਼।